ਪਿਛਲੇ ਦਿਨੀ ਤੁਸੀਂ ਸਭ ਨੇ ਮੀਡੀਆ ਦੇ ਵਿੱਚ ਪੜਿਆ ਸੁਣਿਆ ਦੇਖਿਆ ਹੋਣਾ ਕਿ ਕਿਵੇਂ ਇਹਨਾਂ ਨੇ ਸਾਡੇ ਐਮਐਲਏਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੈਸੇ ਦਾ ਲਾਲਚ ਜਾਂ ਹੋਰ ਕਿਸਮ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੰਜਾਬ ਦੇ ਲੋਕਾਂ ਦੁਆਰਾ ਭਾਰੀ ਬਹੁਮਤ ਨਾਲ ਚੁਣੀ ਹੋਈ ਮਨਪਸੰਦ ਸਰਕਾਰ ਨੂੰ ਤੋੜਿਆ ਜਾ ਸਕੇ ਪਰ ਸ਼ਾਇਦ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਸੀ ਵੋਟਾਂ ਪੈ ਰਹੀਆਂ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਕੋਲੇ ਵੀ ਬਹੁਤ ਸਾਰਾ ਪੈਸਾ ਸੀ ਬਹੁਤ ਸਾਰਾ ਇਹੋ ਜਿਹਾ ਸਮਾਨ ਸੀ ਕਿ ਲੋਕਾਂ ਨੂੰ ਲਾਲਚ ਦੇਈਏ ਪਰ ਲੋਕਾਂ ਨੇ ਉਹ ਪੈਸੇ ਤੇ ਉਹ ਲਾਲਚਾਂ ਨੂੰ ਲੱਤ ਮਾਰ ਕੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਦੋਸਤੋ ਵਿਸ਼ਵਾਸ ਇੱਕ ਇਹੋ ਜਿਹੀ ਚੀਜ਼ ਹੈ ਜਿਹਦੀ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਉਸੇ ਵਿਸ਼ਵਾਸ ਨੂੰ ਅਸੀਂ ਕਾਇਮ ਰੱਖਾਂਗੇ ਪੰਜਾਬ ਦੇ ਐਮਐਲਏ ਇੱਕ ਚਟਾਨ ਵਾਂਗੂ ਪੰਜਾਬ ਦੇ ਨਾਲ ਖੜੇ ਨੇ ਪੰਜਾਬੀਆਂ ਦੇ ਨਾਲ ਖੜੇ ਨੇ ਇਸ ਵਿਸ਼ਵਾਸ ਮਤ ਨੂੰ ਕਾਨੂੰਨੀ ਤੌਰ ਤੇ ਦਿਖਾਉਣ ਲਈ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ 22 ਤਰੀਕ ਨੂੰ ਬੁਲਾ ਰਹੇ ਹਾਂ ਵੀਰਵਾਰ ਨੂੰ ਉਹਦੇ ਵਿੱਚ ਅਸੀਂ ਦਿਖਾ ਦੇਾਂਗੇ ਕਿ ਜਿਹੜੇ ਐਮਐਲਏ ਨੇ ਚੁਣੇ ਹੋਏ ਐਮਐਲਏ ਨੇ ਲੋਕਾਂ ਦੇ ਉਹ ਪੰਜਾਬ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਹਾਰਾ ਕਰਨ ਲਈ ਕਿੰਨੇ ਦ੍ਰਿੜ ਨੇ ਤੇ ਉਹ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਾਲੀ ਜਿਹੜੀ ਲੜਾਈ ਹੈ ਉਹਦੇ ਵਿੱਚ ਕਿਸੇ ਕਿਸਮ ਦੇ ਲਾਲਚ ਚ ਨਹੀਂ ਆਉਣਗੇ ਸੋ ਵੀਰਵਾਰ ਨੂੰ 22 ਸਤੰਬਰ ਨੂੰ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਹੋਊਗਾ ਜਿਦੇ ਵਿੱਚ ਅਸੀਂ ਵਿਸ਼ਵਾਸ ਮਤ ਲੈ ਕੇ ਆਵਾਂਗੇ ਤੇ ਕਾਨੂੰਨੀ ਤੌਰ ਤੇ ਵੀ ਅਸੀਂ ਦਿਖਾ ਦੇਾਂਗੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੀ ਸਰਕਾਰ ਦੇ ਵਿੱਚ ਆਪਣੀ ਮਨਪਸੰਦ ਸਰਕਾਰ ਦੇ ਵਿੱਚ ਕਿੰਨਾ ਵਿਸ਼ਵਾਸ ਕਰਦੇ ਨੇ ਇਨਕਲਾਬ ਜਿੰਦਾਬਾਦ